ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਵਿੱਚ ਬੀਜੇਪੀ ਦੀ ਇੱਕ ਮਹਿਲਾ ਆਗੂ ਵੱਲੋਂ ਗੁਪਤ ਰੂਪ ਵਿੱਚ ਸੱਦੀ ਪ੍ਰੈਸ ਕਾਨਫਰੰਸ ਦਾ ਕਿਸਾਨ ਆਗੂਆਂ ਨੂੰ ਭਨਕ ਪੈਂਦਿਆਂ ਹੀ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਫਿਰੋਜ਼ਪੁਰ ਵਿੱਚ ਅੱਜ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਬੀਜੇਪੀ ਦੀ ਇੱਕ ਮਹਿਲਾ ਆਗੂ ਨੀਤਾ ਗਰਗ ਨੇ ਆਉਣਾ ਸੀ ਅਤੇ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਸੀ, ਜਦੋਂ ਕਿ ਕੁਝ ਹੀ ਮਿੰਟਾਂ ਵਿੱਚ ਕਿਸਾਨ ਆਗੂਆਂ ਨੂੰ ਪਤਾ ਚੱਲਣ 'ਤੇ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਬੀਜੇਪੀ ਦੀ ਆਗੂ ਨੂੰ ਪ੍ਰੈਸ ਕਾਨਫਰੰਸ ਨਾ ਕਰਨ ਦਿੱਤੀ, ਜਿਸ ਤੋਂ ਬਾਅਦ ਇੱਕ ਇਹ ਪ੍ਰੈਸ ਕਾਨਫਰੰਸ ਦਿਹਾਤੀ ਏਰੀਏ ਤਲਵੰਡੀ ਵਿੱਚ ਕੀਤੀ ਗਈ। ਪਰ ਉੱਥੇ ਵੀ ਭਾਰਤੀਆਂ ਕਿਸਾਨ ਯੂਨੀਅਨ ਕ੍ਰਾਂਤੀਕਾਰ ਅਤੇ ਭਾਰਤੀਆਂ ਕਿਸਾਨ ਯੂਨੀਅਨ ਲੱਖੋਵਾਲ ਦੇ ਨਾਲ ਸੰਬੰਧਿਤ ਕਿਸਾਨਾਂ ਵੱਲੋਂ ਨੀਤਾ ਗਰਗ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਸਿੱਧੇ ਤੌਰ 'ਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਉਹ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਨਾਲ ਦੇ ਨਾਲ ਬੀਜੇਪੀ ਦੇ ਆਗੂਆਂ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਅੱਜ ਬੀਜੇਪੀ ਦੀ ਮਹਿਲਾ ਆਗੂ ਦਾ ਸੰਕੇਤਕ ਰੂਪ ਵਿੱਚ ਇਸ ਕਰਕੇ ਵਿਰੋਧ ਕੀਤਾ ਗਿਆ ਕਿ ਬੀਜੇਪੀ ਦੀਆਂ ਨੀਤੀਆਂ ਖਿਲਾਫ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਕੋਈ ਵੀ ਬੀਜੇਪੀ ਨਾਲ ਸੰਬੰਧਿਤ ਲੀਡਰ ਜਾਂ ਕੋਈ ਦੁਕਾਨਦਾਰ ਆਪਣੀ ਦੁਕਾਨ ਘਰ ਵਿੱਚ ਬੀਜੇਪੀ ਦੀ ਮੀਟਿੰਗ ਕਰਵਾਏਗਾ ਤਾਂ ਜਥੇਬੰਦੀਆਂ ਵੱਲੋਂ ਉਹਨਾਂ ਦਾ ਵੀ ਵਿਰੋਧ ਕੀਤਾ ਜਾਵੇਗਾ ਅਤੇ ਉਹਨਾਂ ਦੇ ਘਰ ਦੁਕਾਨ ਦੇ ਬਾਹਰ ਪੱਕਾ ਮੋਰਚਾ ਖੋਲ੍ਹਿਆ ਜਾਵੇਗਾ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਜਿਹੜੀ ਭਾਜਪਾ ਦੀ 10-71 ਪਹਿਲਾਂ ਫਿਰੋਜ਼ਪੁਰ ਦੇ ਵਿੱਚ ਆਈ, ਉੱਥੇ ਉਹਦੀ ਦੋਹੇ ਲੈਣਤ ਹੋਈ। ਸਾਡੇ ਕਿਸਾਨਾਂ ਨੇ ਮਜ਼ਦੂਰਾਂ ਨੇ ਉਹਨੂੰ ਧੱਕੇ ਮਾਰ ਕੇ ਉੱਥੋਂ ਕੱਢਿਆ। ਉਸ ਤੋਂ ਬਾਅਦ ਇਹ ਤਲਵੰਡੀ ਭਾਈ ਦੇ ਵਿੱਚ ਦਾਣਾ ਮੰਡੀ ਪੁਰਾਣੀ ਦੇ ਵਿੱਚ ਆਈ। ਸਾਨੂੰ ਪਤਾ ਲੱਗਾ ਸਾਡੀ ਯੂਨੀਅਨ ਨੇ ਆਣ ਕੇ ਇਹਨੂੰ ਇੱਥੇ ਧੱਕੇ ਮਾਰੇ, ਬਾਹਰ ਕੱਢਿਆ, ਇਹਨੂੰ ਦਫਾ ਹੋ ਦੇ ਨਾਅਰੇ ਲਾ ਕੇ ਇਹਨੂੰ ਬਾਹਰ ਕੱਢਿਆ। ਕੋਈ ਵੀ ਭਾਜਪਾ ਦਾ ਮੰਤਰੀ ਜਿਹੜਾ ਇੱਥੇ ਸਾਡੇ ਪੰਜਾਬ ਦੇ ਵਿੱਚ ਆਊਗਾ, ਜਿਹੜਾ ਸਾਡੀਆਂ ਜ਼ਮੀਨਾਂ 'ਤੇ ਅੱਖ ਰੱਖੀ ਬੈਠਾ, ਉਹ ਪੰਜਾਬ ਦੇ ਵਿੱਚ ਉੱਡੂਗਾ, ਉਹਦਾ ਅਸੀਂ ਇਹੀ ਹਾਲ ਕਰਾਂਗੇ। ਇਹ ਤਾਂ ਕਹਿੰਦੇ ਅਸੀਂ 113 ਸੀਟਾਂ 'ਤੇ ਚੋਣ ਲੜਾਂਗੇ, ਇਹਨਾਂ ਦੀਆਂ ਜੇ ਕਿਤੇ ਕੋਈ ਕਾਗਜ਼ ਵੀ ਕੋਈ ਭਰ ਗਿਆ ਤਾਂ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਪਹਿਲੀ ਤਾਂ ਗੱਲ, ਇਹਨਾਂ ਨੂੰ ਕਾਗਜ਼ ਵੀ ਨਹੀਂ ਭਰਨ ਦਿੱਤੇ ਜਾਣਗੇ, ਪੰਜਾਬ ਦੇ ਵਿੱਚ ਇਹਨਾਂ ਨੂੰ ਵੜਨ ਨਹੀਂ ਦਿੱਤਾ ਜਾਊਗਾ। ਇਹਨਾਂ ਦਾ ਪੂਰਾ ਜ਼ੋਰ, ਜਿੰਨੇ ਕਿਸਾਨ ਜਥੇਬੰਦੀਆਂ ਸਾਰੀਆਂ ਇਹਨਾਂ ਦਾ ਵਿਰੋਧ ਕਰਨਗੀਆਂ ਅਤੇ ਪੰਜਾਬ 'ਚੋਂ ਇਹਨਾਂ ਨੂੰ ਦਫਾ ਕਰ ਦੇਣਗੀਆਂ, ਪੰਜਾਬ ਦੇ ਵਿੱਚ ਨਹੀਂ ਵੜਨ ਦੇਣਗੀਆਂ ਅੱਜ ਤੱਕ। ਮੋਦੀ ਸਰਕਾਰ ਮਰਦਾ।